ਉਹ ਮੇਰੀ ਸ਼ਰਟ ਕਿੱਥੇ ਆ? ਉਹ ਇੱਥੇ ਤੇਰੀਆਂ ਚੁੰਨੀਆਂ ਲੱਭੀ ਜਾਂਦੀਆਂ ਆ, ਜਿਹੜੀ ਚਾਹੀਦੀ ਹੈ ਚੀਜ਼ ਉਹ ਤਾਂ ਮਿਲਦੀ ਨਹੀਂ। ਫੇਰ ਕਹੂਗੀ ਸਵੇਰੇ ਸਵੇਰੇ ਹੁਣ ਕਜਾ ਛੇੜ ਲਈ ਆ, ਉਹ ਤੈਨੂੰ ਆਵਾਜ਼ ਮਾਰੀ ਆ, ਪਤਾ ਨਹੀਂ ਅੰਦਰ ਕੀ ਕਰੀ ਜਾਣੀ। ਉਹ ਰੋਟੀਆਂ ਬਾਅਦ ਚ ਲਾ ਲਈ, ਪਹਿਲਾਂ ਖਸਮ ਨੂੰ ਤਾਂ ਤਿਆਰ ਕਰ ਲਾ। ਕੁਝ ਕਿਹਾ ਮੈਨੂੰ? ਹੁਣ ਤੈਨੂੰ ਸੁਣਿਆ ਨੀ ਹਨਾ, ਹੁਣ ਮੈਂ ਉੱਥੇ ਦੋ ਤਿੰਨ ਵਾਰੀ ਆਵਾਜ਼ਾਂ ਮਾਰੀਆਂ ਵੀ ਮੈਨੂੰ ਸ਼ਰਟ ਦੇ ਦੇ ਸ਼ਰਟ ਦੇ ਦੇ, ਮੈਨੂੰ ਤਾਂ ਤੋਰ ਲਾ। ਮੇਰੀ ਆਵਾਜ਼ ਤੈਨੂੰ ਸੁਣੀ ਨੀ, ਜਦੋਂ ਭੈਣ ਨਾਲ ਫੋਨ ਤੇ ਲੱਗੀ ਹੁੰਦੀ ਉਹ ਤਾਂ ਬੜੀਆਂ ਛੋਰ 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 ਹੌਲੀ ਹੌਲੀ ਲੱਗੀਆਂ ਰਹਿੰਦੀਆਂ, ਤੈਨੂੰ ਤਾਂ ਸਭ ਕੁਝ ਸੁਣਦਾ। ਨਹੀਂ ਹੁਣ ਬਿਨਾਂ ਗੱਲੋਂ ਲੜਾਈ ਕਾਹਤੋਂ ਛੇੜ ਲਈ ਆ ਤੁਸੀਂ? ਨਹੀਂ ਮੇਰੀ ਭੈਣ ਕਾਹਤੋਂ ਵਿੱਚ ਵਾੜੀ ਆ, ਤੁਹਾਡੀ ਭੈਣ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀ, ਕਲੇਸ਼ ਪਾਉਂਦੀ ਉਹ। ਮੇਰੀ ਭੈਣ ਕਲੇਸ਼ ਪਾਉਂਦੀ ਹੈ ਨਾ, ਇਹਦਾ ਮਤਲਬ ਮੇਰੀ ਭੈਣ ਕਲੇਸ਼ ਪਾਉਂਦੀ, ਤੇਰੀ ਭੈਣ ਕਲੇਸ਼ ਨਹੀਂ ਪਾਉਂਦੀ। ਤੁਸੀਂ ਦੋ ਦੋ ਘੰਟੇ ਲੱਗੀਆਂ ਰਹਿੰਦੀਆਂ ਫੋਨ ਦੇ ਉੱਤੇ, ਜਦੋਂ ਮੈਂ ਡਿਊਟੀ ਚੱਲ ਜਾਂਦਾ ਕੀ ਕਰਦੀ ਆ ਤੂੰ ਪਿੱਛੋਂ? ਝਾੜੂ ਪੋਚਾ ਤਾਂ ਕੰਮ ਵਾਲੀ ਕਰਕੇ ਜਾਂਦੀ, ਤੇ ਤਾਂ ਉਹ ਵੀ ਨਹੀਂ ਹੁੰਦਾ। ਸਾਰਾ ਕੁਝ ਕੰਮ ਵਾਲੀ ਨਹੀਂ ਕਰਦੀ, ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਪਕਾਉਣੀ, ਤੁਹਾਡੀ ਸਬਜ਼ੀ ਬਣਾਉਣੀ, ਤੇਰੇ ਨਿਆਣੇ ਤਿਆਰ ਕਰਦੇ, ਉਹ ਕੌਣ ਕਰਦਾ ਆ? ਮੈਂ ਹੀ ਕਰਦੀ ਆ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁਕਜਾ ਚੱਕ ਲੈਂਦਾ ਆ। ਦਫ਼ਤਰ ਜਿਹੜੀ ਤੇਰੀ ਰੋਟੀ ਜਾਂਦੀ ਆ ਉਹ ਕੌਣ ਪਕਾਉਂਦਾ? ਮੈਂ ਹੀ ਪਕਾਉਣੀ ਆ। ਹੁਣ ਵੀ ਤੇ ਰੋਟੀ ਪਕਾਉਣੀ, ਕਿਤੇ ਸੁੱਤੀ ਤਾਂ ਨਹੀਂ ਪਈ ਸੀ? ਫੋਨ ਤੇ ਲੱਗਦੇ ਉਹ ਤੈਨੂੰ ਸਲਾਵਾਂ ਉਹ ਤੈਨੂੰ ਦਿੰਦੀ ਆ। ਨਿਕੇੜੀਆਂ ਸਲਾਵਾਂ ਦਿੰਦੀ ਆ ਉਹ, ਹੈ ਵਿਚਾਰੀ ਆਪ ਮਾਤੜੇ ਆ, ਗਰੀਬੜੀ ਨੂੰ ਨਾ ਕੁਝ ਵੀ ਕਹੋ ਤੁਸੀਂ। ਗਰੀਬੜੀ ਉਹ, ਉਹਦੇ ਵਰਗੀ ਗਰੀਬ ਮੈਂ ਕਹਿੰਦਾ ਸਾਰੀ ਦੁਨੀਆ ਹੋ ਜੇ। ਉਹ ਗਰੀਬੜੀ ਜਿਹਨੇ ਤੂੰ ਗਾਲਾਂ ਕੱਢੀ ਜਾਂਦਾ ਵਾ, ਕਦੀ ਆਪਣੇ ਭਰਾਵਾਂ ਵਾਲਾ ਨਿਗਾਹ ਮਾਰੀ ਜਿਹੜੀ ਤੇਰੀ ਜ਼ਮੀਨ ਦੱਬ ਕੇ ਬੈਠੇ ਆ, ਰਿਸ਼ਤੇਦਾਰੀ ਵਾਰ ਲੈਣਾ ਲੜਾਈ ਵੇਲੇ ਤੂੰ ਵਿੱਚ ਵਿੱਚ, ਹੁਣ ਰਿਸ਼ਤੇਦਾਰੀ ਤੂੰ ਪਾਉਣੀ ਰਿਸ਼ਤੇਦਾਰੀ ਵਿੱਚ? ਮੇਰੇ ਭਰਾਵਾਂ ਨੇ ਤਾਂ ਫਿਰ ਤੇਰੀ ਪਿੱਠ ਪੂਰੀ ਆਣ ਕੇ, ਤੇਰੇ ਭਰਾਵਾਂ ਨੇ ਉੱਥੇ ਪਿੱਠ ਪੂਰੀ ਨਾ ਮੇਰੀ ਆਣ ਕੇ, ਤੇਰੇ ਤਾਂ ਉਹ ਵੀ ਨਹੀਂ ਖਲੋਏ, ਤੇ ਤੂੰ ਆ ਛੱਤ ਤਿੱਕਰ ਨਹੀਂ ਸੀ ਪੈਣੀ ਜੇ ਉਹ ਨਾ ਉਹਦੇ ਵਿੱਚ। ਗੱਲਾਂ ਮਾਰਦਾ ਤੂੰ ਕਿੱਦਾਂ ਕਿੱਦਾਂ, ਕਿੱਡੀ ਕੋਠੀ ਪਵਾਈ ਨਾ ਤੇਰੇ ਭਰਾਵਾਂ ਦਾ, ਸੈਨੇਟਰੀ ਦਾ ਕੰਮ ਸੀ ਨਾ ਜਿਹੜਾ, ਮਕਾਨ ਬਣਨ ਵੇਲੇ ਮੈਨੂੰ ਸਮਾਨ ਸੁੱਟ ਕੇ ਜਾਂਦੇ ਰਹੇ। ਤੂੰ ਬਕਵਾਸ ਨਾ ਕਰ ਮੇਰੇ ਨਾਲ, ਹੁਣ ਗੱਲਾਂ ਮਾਰਦੀਆਂ ਤੂੰ, ਤੁਹਾਡਾ ਸਾਰਾ ਟੱਬਰ ਬਲੈਕੀਆਂ ਦਾ ਹੈ। ਤੇਰੇ ਪਿੰਡ ਜਾਣ ਨੂੰ ਜੀ ਨਹੀਂ ਕਰਦਾ, ਬਾਹਰ ਤੁਹਾਡੇ ਪਿੰਡ ਜਿਹੜਾ ਬੰਦਾ ਬੈਠਾ ਹੁੰਦਾ ਉਹ ਪਤਾ ਲੱਗ ਜਾਂਦਾ ਤੁਹਾਡਾ ਪਿੰਡ ਸਾਰਾ ਬਲੈਕ ਕਰਦਾ। ਗੱਲਾਂ ਮਾਰਦੀ ਜਿਹੜੀ ਆਏ, ਨਹੀਂ ਜੇ ਏਡੇ ਬਲੈਕੀਆਂ ਸੀ ਤੂੰ ਨਾ ਲੈ ਕੇ ਆਉਂਦਾ ਰਿਸ਼ਤਾ। ਆਪਾਂ ਆਪਣੇ ਆਪਣੇ ਤਾਏ ਦੇ ਮੁੰਡੇ ਦੇਖੇ ਆ ਜਿਹੜੇ ਚੋਰ ਆ ਜੇ ਤੇ ਕਰ। ਵੀਰੇ ਮੰਮੀ ਜਿਹੜੀ ਖੇਲ ਆੜਦੇ ਪਏ ਆ, ਵੀਰੇ ਉੱਠਣਾ, ਪਾਪਾ ਕਿੰਨਾ ਰੋਲਾ ਪਾਉਂਦੇ ਪਏ ਆ, ਵੀਰੇ ਉੱਠ। ਪਾਪਾ ਤੁਸੀਂ ਕੀ ਸਵੇਰੇ ਸਵੇਰੇ ਲੜਾਈ ਕਰੀ ਜਾਂਦੇ ਆ, ਇੰਨੀ ਸਵੇਰੇ ਸਵੇਰੇ ਕਜਾ ਪਾਇਆ ਆ? ਤੂੰ ਚੁੱਪ ਕਰ ਜਾ, ਤੂੰ ਨਾ ਵਿੱਚ ਬੋਲ। 9 ਵਜੇ ਉੱਠਣਾ ਤੇ ਲੜੋ ਨਾ, ਤੁਹਾਡੀ ਮਾਂ ਲੜਦੀ ਮੇਰੇ ਨਾਲ, ਮੈਂ ਲੜਦਾ ਉਹਦੇ ਨਾਲ, ਬਕਵਾਸ ਕਰਦੀ ਮੇਰੇ ਨਾਲ। ਇਸ ਬੰਦੇ ਦਾ ਮੈਂ ਇੰਨਾ ਕੀਤਾ, ਇਹਨੇ ਇੰਨੇ ਸੁੱਖ ਦਾ ਦਿਨ ਨਹੀਂ ਦਿਖਾਇਆ ਮੈਨੂੰ। ਹਾਂ ਰੋਣਾ ਸ਼ੁਰੂ ਕਰ ਦੋ, ਬੜੀ ਸੋਹਣੀ ਗੱਲ ਆ, ਰੋਣਾ ਸ਼ੁਰੂ ਕਰ ਦੋ, ਆਪਣੀਆਂ ਗੱਲਾਂ ਮਨਾ ਲਓ ਹਨਾ। ਇਹਦਾ ਖਾਨਦਾਨ ਚੰਗਾ ਹੋ ਗਿਆ, ਅਸੀਂ ਮਾੜੇ ਹੋ ਗਏ। ਹਾਂ ਤੁਸੀਂ ਵੀ ਮਾੜੇ ਹੋ ਗਏ ਆ। ਦੇਰ ਦੀ ਚਾਹ ਤਿੱਕਰ ਤੂੰ ਪੁੱਛੀ ਨੀ, ਕਜਾ ਪਹਿਲਾਂ ਪਾ ਲਿਆ, ਤੇਰੇ ਲਈ ਪਕਾਉਂਦੀ ਸੀ ਰੋਟੀਆਂ, ਚਾਹ ਦੇ ਨਾਲ ਰੋਟੀ ਵੀ ਦੇਣੀ ਸੀ ਤੈਨੂੰ, ਜਿਹੜੀ ਤੈਨੂੰ ਚਾਹ ਨਹੀਂ ਪੁੱਛੀ। ਸ਼ਰਟ ਹੀ ਤੈਨੂੰ ਕਹੀ ਸੀ ਵੀ ਸ਼ਰਟ ਚਾਹੀਦੀ ਆ, ਜਿਹੜੀ ਸ਼ਰਟ ਪਾਈ ਜਾਂਦਾ ਮੈਲ ਦੀ ਭਰੀ ਉਹ ਆ। ਪਾਲੂਗਾ ਮੈਲ ਹੀ ਪਾਲੂਗਾ ਮੈਂ, ਨਾ ਮੇਰੀ ਰੋਟੀ ਭੇਜੀ ਪਿੱਛੇ, ਠੀਕ ਆ? ਮੈਂ ਖਾ ਲੂ ਬਾਹਰੋਂ ਜਿੱਥੋਂ ਖਾਣੀ ਹੋਊਗੀ। ਖਾਲੀ ਤੂੰ ਖਾਲੀ, ਜ਼ਿਆਦਾ ਖਾਲੀ, ਰੋਜ਼ ਖਾਇਆ ਕਰ, ਬਾਹਰੋਂ ਹੀ ਖਾ ਕੇ ਆਇਆ ਕਰ। ਫੇ ਲੜਾਈ ਨੂੰ ਬਾਜਾਂ ਮਾਰਦਾ, ਮੈਂ ਹੀ ਲੜਦਾ, ਤੂੰ ਤਾਂ ਲੜਦੀ ਨੀਗੀ। ਵੇ ਚੁੱਪ ਕਰ ਜਾ, ਰੱਬ ਦਾ ਵਾਸਤਾ ਚੁੱਪ ਕਰ ਜਾ, ਨਿਆਣੇ ਸੁਣਦੇ ਆ, ਉਹਨਾਂ ਤੇ ਤੇਰਾ ਅਸਰ ਪੈਂਦਾ ਆ। ਹਾਂ ਨਹੀਂ ਫੇ ਮੈਂ ਕੀ ਕਰਾਂ ਜੇ ਨਿਆਣੇ ਤੇਰੇ ਸੁਣਦੇ ਆ ਤੇ ਸੁਣੀ ਜਾਣ, ਉਹਨਾਂ ਨੂੰ ਵੀ ਪਤਾ ਲੱਗੇ ਤੂੰ ਕੀ ਕਰਦੀ ਆ ਸਾਰਾ ਦਿਨ, ਬੈਠ ਕੇ ਕਦੀ ਇੱਧਰ ਦੀਆਂ ਗੱਲਾਂ, ਕਦੀ ਉੱਧਰ ਦੀਆਂ ਗੱਲਾਂ, ਮੇਰਾ ਖਾਨਦਾਨ ਮਾੜਾ ਹੋ ਗਿਆ, ਤੇਰਾ ਚੰਗਾ ਹੋ ਗਿਆ, ਹੈ ਗੂ ਜੰਮੇ ਆ ਤੂੰ, ਦੋਏ ਗੂ ਜੰਮੇ ਆ। ਮੈਂ ਕਹਿੰਦਾ ਡੋਲੀ 'ਚ ਲੈ ਕੇ ਆਈ ਸੀਗੀ, ਨਾਲੇ ਮੈਂ ਇਕੱਲੀ ਨਹੀਂ ਜੰਮੇ ਆ। ਹਾਂ ਹਾਂ ਤੂੰ ਹੀ ਜੰਮੇ, ਮੈਂ ਨਹੀਂ ਜੰਮੇ। ਉਦੋਂ ਤਾਂ ਪੂਰਾ ਪਿੰਡ ਲੈ ਕੇ ਪਹੁੰਚ ਗਿਆ ਸੀ ਬਰਾਤ ਦੇ ਵਿੱਚ, ਟਰਾਲੀ 'ਚ ਸਾਰੇ ਚਾਚੇ ਮਾਮੇ ਤਾਏ ਬਿਠਾਈ ਫਿਰਦਾ ਸੀ, ਚੰਗਾ ਨਾ ਰਹਿੰਦਾ ਜੇ ਮੈਂ ਤੇਰੇ ਨਾਲ ਵਿਆਹੀ ਜਾਂਦੀ। ਉਹ ਚੰਗੀਆਂ ਰਹਿ ਗਈਆਂ ਜਿਹੜਾ ਪਹਿਲਾਂ ਤੇਰੇ ਦੋ ਰਿਸ਼ਤੇ ਟੁੱਟ ਗਏ, ਮੇਰਾ ਵੀ ਟੁੱਟ ਜਾਂਦਾ, ਮੈਂ ਕਿਤੇ ਚੰਗੇ ਘਰ ਵਸ ਜਾਂਦੀ। ਗੱਲ ਸੁਣ, ਹਾਂਜੀ ਆਪਣੀ ਮਾਂ ਨੂੰ ਕਹਿ ਦੀ ਮੇਰੀ ਰੋਟੀ ਨਾ ਭੇਜੇ ਪਿੱਛੇ, ਮੈਂ ਜੋ ਖਾਣਾ ਹੋਊਗਾ ਬਾਹਰੋਂ ਖਾ ਲੂੰਗਾ, ਠੀਕ ਆ? ਠੀਕ ਆ। ਪਾਪਾ ਨਾਲੇ ਉਹ ਤੁਹਾਡੇ ਸੱਚੀ ਪਹਿਲਾਂ 2 ਵਾਰੀ ਰਿਸ਼ਤੇ ਟੁੱਟ ਗਏ ਸੀਗੇ, ਮੁਖੀਆਂ ਨਾਲ ਕੁੱਟੂ ਤੈਨੂੰ, ਰਿਸ਼ਤਾ ਟੁੱਟ ਗਿਆ ਤੇਰੇ ਪਿਓ ਦਾ, ਆਰਾਮ ਜਿਹਾ ਤੂੰ ਏਦਾਂ ਹੀ ਹੋ ਗਿਆ। ਬਕਵਾਸ ਕਰਦਾ ਮੇਰੇ ਨਾਲ, ਮਾਂ ਦੀਆਂ ਗੱਲਾਂ ਚ ਨਾ ਆਇਆ ਕਰ, ਤੈਨੂੰ ਸ਼ਾਮ ਨੂੰ 50 ਰੁਪਏ ਕੌਣ ਦਿੰਦਾ? ਮੈਂ ਦਿੰਦਾ ਕਿ ਤੇਰੀ ਮਾਂ ਦਿੰਦੀ ਆ? ਤੁਸੀਂ 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 ਦਿੰਦੇ ਪਾਪਾ, ਫਿਰ ਆਰਾਮ ਜਿਹਾ ਚਾਬੀ ਕਤੀ ਤੱਕੇ ਅੰਦਰ ਚੱਲ, ਟੋਪੀ ਲੈ ਨਾਲੇ ਲੱਗਾ ਸੀਗਾ ਲੈਣ ਲੱਗ ਹੁਣੇ ਨਾ। ਓਹ
ਹਾਂ ਬਈ ਪੁੱਤੋ ਓਏ ਮੇਰੇ ਸ਼ੇਰ ਕੇਰੋ ਅਜੇ ਤੱਕ ਲੱਗਦਾ ਮੈਂ ਗੁੱਸਾ ਠੰਡਾ ਹੋਇਆ ਓਏ ਸ਼ਿੰਦੋ ਓਏ ਸ਼ਿੰਦੀਏ ਨਹੀਂ ਬੁਲਾਉਣਾ ਫਿਰ ਅੱਜ ਮੈਨੂੰ ਤੂੰ ਛੱਡ ਯਾਰ ਰਿਸ਼ਤੇਦਾਰੀ ਨੂੰ ਪਰ ਲੋਕਾਂ ਤੋਂ ਕੀ ਲੈਣਾ ਆ ਮੇਰੀ ਭੈਣ ਜਿੱਦਾਂ ਦੀ ਹੋਊਗੀ ਹੋਊਗੀ ਤੇਰੀ ਭੈਣ ਜਿੱਦਾਂ ਦੀ ਹੋਊਗੀ ਹੋਊਗੀ ਤੂੰ ਮੈਂ ਇਕੱਠੇ ਰਹਿੰਦੇ ਨਾ ਗੱਲ ਮੁੱਕ ਗਈ ਬਸ ਓਏ ਸ਼ਿੰਦੋ ਨਿਆਣੇ ਕਿੱਥੇ ਆ ਟਿਊਸ਼ਨ ਗਏ ਆ ਹੈ ਉਹਨਾਂ ਨੂੰ ਵੀ ਐਵੇਂ ਸਵੇਰੇ ਆਵਾ ਤਾਂ ਬੋਲਦਾ ਉਹ ਮੈਨੂੰ ਫਿਰ ਡਿਊਟੀ ਤੇ ਜਾ ਕੇ ਬੜਾ ਹੁੰਦਾ ਆ ਮੈਂ ਸੋਚੀਦਾ ਰਹਿੰਦਾ ਯਾਰ ਗਲਤੀ ਮੇਰੀ ਆਪ ਦੀ ਮੈਂ ਤੁਹਾਨੂੰ ਆਵਾ ਤਵਾ ਬੋਲਦਾ ਚੱਲ ਮਾਫ਼ ਕਰਦੇ ਹੁਣ ਓਏ ਮਾੜਾ ਮੋਟਾ ਉਹ ਖਾਣ ਨੂੰ ਬਣਾ ਦੇ ਯਾਰ ਨਹੀਂ ਬੋਲਣਾ ਹਾਥੀ ਲਾ ਫਿਰ ਮਾੜਾ ਜਿਹਾ ਚਲੋ ਮਰਜ਼ੀ ਆ ਬਈ ਆਪਾਂ ਤਾਂ ਪਿਆਰ ਕਰਦੇ ਹਾਂ ਪਿਆਰ ਨਾਲ ਹੀ ਲੜਾਈ ਕਰੀਦੀ ਆ ਆਪਾਂ ਤਾਂ ਕੰਮ ਚਲਾ ਹੀ ਲੈਣਾ ਫਿਰ ਆਪਣਾ ਲੱਗਦਾ ਹੁਣ ਦੋ ਚਾਰ ਦਿਨ ਫਿਰ ਭੁੱਖੇ ਰਹਿਣਾ ਪੈਣਾ ਹੈ ਠੀਕ ਆ ਬਈ